ਨਿਰਮਲ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਇੱਥੇ ਰੌਲਾ ਪਾਉਣ ਦਾ। ਇਹ ਕੀਤਾ ਨਹੀਂ ਹੈ ਤੁਸੀਂ, ਕੀ ਕਰਨੀ ਇੱਥੇ ਵੋਟਿੰਗ ਹੋ ਰਹੀ ਆ, ਜੇ ਤੁਸੀਂ ਜੋ ਕਰਨਾ ਪ੍ਰਜਾਦੇ ਉਸ ਨੂੰ ਮਿਲੋ ਜਾ ਕੇ, ਪ੍ਰਜਾਈਡਿੰਗ ਅਫਸਰ ਬੈਠੇ ਮਿਲੋ, ਡੀਸੀ ਸਾਹਿਬ ਨੂੰ ਮਿਲੋ। ਜੇ ਜਾਇਜ਼ ਹੋਊਗੀ ਅਗਲਾ ਕਰਵਾਊਗਾ, ਅਸੀਂ ਦੋਨੋਂ ਕਰਵਾਉਣੀ ਆ। ਸਾਰੀ ਗੱਲ ਚਲੋ ਜੀ ਸਾਰੇ ਬਾਹਰ, ਕਾਰਡ ਲੈ ਕੇ ਆਰਡਰ ਹੋ ਗਿਆ, ਨਹੀਂ ਤਾਂ ਐਕਸ਼ਨ ਹੋਊਗਾ, ਪੁਲਿਸ ਦੀ ਕਾਰਵਾਈ ਹੋਈ। ਸਾਰਾ ਖਾਲੀ ਕਰੋ ਜੀ, ਸਾਰੇ ਬਾਹਰ ਬਾਈ ਦੇ ਪਾਸ, ਸਾਰੇ ਬਾਹਰ ਚਲੋ। ਅਮਨੀਸ਼ਾ ਮੈਡਮ ਚਲੋ ਜੀ, ਹਾਂਜੀ ਪੈ ਗਿਆ ਤੁਸੀਂ ਵੋਟ ਕਿਉਂ ਨਹੀਂ ਜਲੰਧਰ ਦਾ ਕਿਉਂ ਨਹੀਂ ਚੱਲਣ ਦਿੰਦੇ ਕੁਛ ਵੀ ਨੀ? ਉਹ ਮਤਲਬ ਕਿ ਅਸੀਂ ਗਏ ਕਹਿੰਦੇ ਜੀ ਵੈ ਕਾਰਡ ਹੀ ਨਹੀਂ ਵੈਲਿਡ ਹੈਗੇ, ਹੁਣ ਇਹ ਨਹੀਂ ਪਤਾ ਹੈਗਾ ਕਿ ਇਹ ਕਿਉਂ ਨਹੀਂ ਵੈਲਿਡ ਹੈਗੇ। ਇਹ ਤੁਸੀਂ ਰਿਨਿਊ ਨਹੀਂ ਕਰਾਇਆ ਸੀ? ਰਿਨਿਊ ਅਸੀਂ ਆਏ ਹਾਂ ਜਿਸ ਦਿਨ, ਤੇ ਕਹਿੰਦੇ ਜੀ ਹੁਣ ਇਲੈਕਸ਼ਨ ਤੋਂ ਬਾਅਦ ਹੋਏਗਾ, ਜਾਂ ਤਾਂ ਸਾਨੂੰ ਕਹਿੰਦੇ ਤੁਸੀਂ ਇਲੈਕਸ਼ਨ ਵੋਟ ਨਹੀਂ ਪਾ ਸਕਦੇ ਇਹਦੇ ਨਾਲ, ਫਿਰ ਤਾਂ ਅਸੀਂ ਕਹਿੰਦੇ ਕਿ ਹਾਂ ਵੀ ਠੀਕ ਹੈ ਵੀ ਸਾਡਾ ਕਰੋ ਚਾਹੇ ਜਿੱਦਾਂ ਵੀ, ਅਸੀਂ ਤਾਂ ਆਏ ਸੀਗੇ ਮੈਡਮ, ਮਤਲਬ ਪਿਛਲੇ ਦਿਨਾਂ 'ਚ ਅਸੀਂ ਆਏ ਇੱਥੇ ਆਫਿਸ ਬਕਾਇਦਾ, ਮੈਂ ਸਮਝ ਕੰਪਲੇਂਟ ਵੀ ਦੇਣੇ ਸੀਗੇ ਅਤੇ ਉਹ ਕੰਪਲੇਂਟ ਵੀ ਮਤਲਬ ਦਿੱਤੀ ਹੈ, ਅਤੇ ਉਹਦੇ ਦਰਮਿਆਨ ਇਹ ਚੀਜ਼ ਹੋ ਗਈ। ਕਾਰਡ ਦਿਖਾਇਆ ਸੀ ਉਦੋਂ ਤੇ ਬਲਕਿ ਪਾਸਪੋਰਟ ਵੀ ਨਹੀਂ ਦੇਣਾ ਦੇਖਿਆ,
ਜੇ ਗੱਲ ਕਰੀਏ ਇਹਨਾਂ ਦੀ ਸਭਾ ਦੇ 23,600 ਵੋਟਰ ਨੇ, ਹਾਂਜੀ, ਲਾਸਟ ਸਿਰਫ 350-300 ਪਿਛਲੀ ਵਾਰੀ ਵੀ ਹੋਏ ਸੀ, ਇੰਨੀ ਵੋਟ ਘੱਟ ਹੋਣ ਦਾ ਕਾਰਨ ਕੀ ਸਮਝਦੇ? ਕਾਰਨ ਇੱਕ ਤਾਂ ਐਕਚੁਅਲੀ ਜਿਹੜਾ ਹੈਗਾ ਕਿ ਮੇਨ ਜਿਹੜਾ ਕਾਰਨ ਅਸੀਂ ਕਹਿ ਸਕਦੇ ਕਿ ਇੱਥੇ ਕੰਮ ਤਾਂ ਕੋਈ ਉਹੋ ਜਿਹਾ ਹੁੰਦਾ ਨਹੀਂ NRI ਵਾਸਤੇ, ਸਟੰਟ ਆ ਬਸ ਇੱਕ ਤਰ੍ਹਾਂ ਦਾ, ਇਹਨੂੰ ਕਹਿ ਸਕਦੇ ਕਿ ਆਪਣਾ ਮਤਲਬ ਕਿ ਇਹਨਾਂ ਨੇ ਬਣਾਉਣਾ ਬਸ ਬਣਾ ਦੇਣਗੇ, ਹੋਰ ਤਾਂ ਕੋਈ ਕਾਰਨ ਨਹੀਂ ਹੈਗਾ। ਵੋਟਿੰਗ ਜਿਹੜੀ ਹੁੰਦੀ ਹੈ, ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਦਾ ਆਮ ਬੰਦੇ ਨੂੰ, ਪਤਾ ਹੀ ਨਹੀਂ ਹੋਣਾ NRI ਬਹੁਤ ਆਏ ਹੋਣਗੇ ਇੱਥੇ, ਕੋਈ ਇਹ ਨਹੀਂ ਹੈਗਾ ਕਿ 23,000 ਜੋ ਬੰਦਾ ਅਤੇ ਉਹਦੇ ਵਿੱਚੋਂ 7-8,000 ਬੰਦਾ 5-7,000 ਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਅੱਜ ਵੋਟਿੰਗ ਵੀ ਹੈਗੀ, ਕਿ ਉਹ ਪਤਾ ਵੀ ਹੋਣਾ ਚਾਹੀਦਾ ਨਾ ਕਿ ਅੱਜ ਵੋਟਿੰਗ ਹੈਗੀ ਹੈ। ਮਤਲਬ ਕਿ ਹੋਰ ਜਿਹੜੀ ਗੱਲ ਉਹੀ ਹੁੰਦੀ ਪਈ ਸੀ ਕਿ ਪਤਾ ਨਹੀਂ ਇੱਕ ਮੈਡਮ ਸੀਗੇ ਉਹਨਾਂ ਨੇ ਕਹਿ ਦਿੱਤਾ ਕਿ ਉਹਦੇ ਨਾਲ ਇਹ ਸਾਡੇ ਬੰਦਿਆਂ ਨੂੰ ਵੋਟ ਨਹੀਂ ਪਾਉਂਦੇ, ਸਾਡੇ ਬੰਦੇ ਯਾਨੀ ਕਿ ਖਰੀਦ ਕੇ ਲਿਆਉਂਦੇ ਹੋਏ, ਜਦਕਿ ਇਹਦਾ ਤਾਂ ਕੋਈ ਪ੍ਰੋਸੀਜਰ ਹੀ ਨਹੀਂ। ਉਹੀ ਗੱਲ ਅਸੀਂ ਕਰਦੇ ਹਾਂ, ਜੇ ਮੈਂ ਵੀ ਉਹਨਾਂ ਕੋਲ ਕੁਐਸਚਨ ਪੁੱਛਿਆ, ਜੇ ਪੁੱਟ ਕੀਤਾ ਕਿ ਤੁਸੀਂ ਅਗਰ ਜੇ ਤੁਹਾਡੇ ਬੰਦੇ ਨੇ ਇਹ ਤਾਂ ਤੁਸੀਂ ਖਰੀਦ ਕੇ ਲਿਆਉਂਦੇ ਆਪ ਹੀ। ਅੱਛਾ, 2010 ਦੇ ਵਿੱਚ ਇਸ ਗਠਨ ਹੋਇਆ ਸੀ ਜੀ, ਕੈਨੇਡਾ ਤੋਂ ਆਇਆ, ਓਕੇ, ਵੋਟ ਪਾਉਣ ਆਇਆ ਠੰਡ ਦੇ ਵਿੱਚ, ਇਹ ਤੁਹਾਡੀ ਜਿਹੜੀ ਆਮ ਆਦਮੀ ਪਾਰਟੀ ਆ, $5,000 ਮੈਂ ਉੱਥੇ ਉਹਨਾਂ ਨੂੰ ਡੋਨੇਸ਼ਨ ਦਿੱਤੀ ਹੈ ਇਲੈਕਸ਼ਨ ਤੋਂ ਪਹਿਲਾਂ, ਠੀਕ ਹੈ ਜੀ, ਅਤੇ ਸਾਡੇ ਆਇਆ ਦਾ ਉੱਥੇ ਜਾ ਕੇ ਕਹਿੰਦੇ ਜੀ ਕਿ ਆਪਣੇ ਦੇਸ਼ ਆਓ, ਆਪਣਾ ਕੰਮ ਕਰੋ, ਹੋਰ ਕੰਮ ਕਰੋ। ਆ ਜਦੋਂ ਜੇ ਸਭਾ ਦੇ ਅਸੀਂ ਮੈਂਬਰ ਹਾਂ, ਪੈਸੇ ਦਿੱਤੇ ਆ 10,000 ਕੁਛ ਪੈ ਜਾਂਦੇ ਪੈਸਾ ਤੋਂ ਲੈ ਕੇ, ਮੈਂਬਰਸ਼ਿਪ ਹੈਗੀ ਹੈ ਤੁਹਾਡੀ? ਆਹ ਦੇਖੋ ਜੀ, ਹੁਣ ਕੀ ਗੱਲ ਕਹੀ ਤੁਸੀਂ ਵੋਟ ਪਾਉਣ ਲਈ? ਮੈਮ ਪਲੀਜ਼, ਮੈਮ ਤੁਸੀਂ ਨਾ, ਮੈਂਬਰਸ਼ਿਪ ਲਾਈਵ ਆ, ਉਹ ਕਹਿ ਰਹੇ ਜੀ ਫਲਾਣੇ ਬੰਦੇ ਦਾ ਦਰਦ ਹੋਣੇ ਆ, ਫਲਾਣੇ ਬੰਦੇ ਦਾ ਦਰਦ ਹੋਣੇ ਆ। ਹੁਣ ਸਾਨੂੰ ਉੱਥੇ ਬੈਠਿਆਂ ਨੂੰ ਇਹ ਕੀ ਪਤਾ ਵੀ ਕਿਹਦੇ ਦਰਦ ਹੋਣੇ ਆ, ਅਸੀਂ ਹੁਣ ਕਿਹੜੇ ਦਰਦ ਤੋਂ ਤੁਰੇ ਪਈਏ ਵੀ ਆਹ ਦਸਤਖਤ ਜਾ ਕੇ ਚੁਕਰਾਓ। ਓਕੇ, ਅੱਗੇ ਪਹਿਲੇ ਪਿਛਲੀ ਵਾਰ ਤੁਸੀਂ ਆਏ ਸੀ ਵੋਟ ਪਾਉਣ ਲਈ, ਨੋਰਮਲ ਵੋਟ ਪੈ ਗਈ ਸੀ, ਅੱਜ ਕਿਹੜੇ? ਨਹੀਂ, ਵੋਟ ਨਹੀਂ ਪਾਉਣੀ, ਅੱਜ ਨਹੀਂ ਪਾਉਂਦੇ? ਪਾਸਪੋਰਟ ਤੁਹਾਨੂੰ ਕਿਹਾ ਸੀ ਕਿਸੇ ਨੇ, ਪਾਸਪੋਰਟ ਚਾਹੀਦਾ, ਬ੍ਰੈਂਡ ਨਿਊ ਕੈਨੇਡੀਅਨ ਪਾਸਪੋਰਟ ਲੈ ਕੇ ਆਇਆ। ਇਸ ਬਾਰੇ ਇਲੈਕਸ਼ਨ ਕਮਿਸ਼ਨਰ ਇਲੈਕਸ਼ਨ ਅਫਸਰ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਹੈ? ਨਹੀਂ, ਸਾਡਾ ਕਾਰਡ ਲੈ ਕੇ ਗਏ ਇੱਥੋਂ, ਹਾਂਜੀ, ਬੰਦੇ ਤਹਿਸੀਲਦਾਰ ਕੋਲ ਲੈ ਗਿਆ, ਕਿਹਨੂੰ ਗਿਆ ਮੈਨੂੰ ਨਹੀਂ ਪਤਾ, ਉਹ ਕਹਿੰਦੇ ਜੀ ਵੋਟ ਨਹੀਂ ਪੈਂਦਾ। ਕਿਉਂ, ਰੀਜ਼ਨ ਕੀ? ਰੀਜ਼ਨ ਕਾਰਨ ਕੀ ਦੱਸਿਆ? ਤਾਂ ਹੈ ਜੀ ਵੀ ਸਾਈਨ ਚਾਹੀਦੇ ਕਿਸੇ ਹੋਰ ਅਥਾਰਟੀ ਦੇ। ਓਕੇ, ਉਹ ਸਾਨੂੰ ਅਥਾਰਟੀ ਨਾਲ ਸਾਨੂੰ ਜਾਣਕਾਰੀ 'ਚ ਆ। ਕਦੋਂ ਤੋਂ ਮੈਂਬਰ ਹੋ ਤੁਸੀਂ ਸਭਾ ਦੇ? ਆ ਤੁਹਾਡੇ ਸਾਹਮਣੇ ਕਾਰਡ ਹੈ ਜੀ। ਨਹੀਂ, ਕਦੋਂ ਦੇ ਮੈਂਬਰ, ਕਦੋਂ ਦੇ ਮੈਂਬਰ ਹੋ? ਮੈਂਬਰ ਮੈਨੂੰ ਹੋ ਗਿਆ ਕੋਈ 19 ਤੋਂ ਲੈ ਕੇ 3-4 ਸਾਲ ਹੋ ਗਏ। 4 ਸਾਲ। ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਸਤਨਾਮ ਸਿੰਘ। ਜਿਹੜੀਆਂ ਚੋਣਾਂ ਤਾਂ ਅਸੀਂ ਬੜੇ ਖੁਸ਼ ਸੀਗੇ ਵੀ ਬੜੇ ਅਰਸੇ ਤੋਂ ਬਾਅਦ ਇਹ ਚੋਣਾਂ ਆਈਆਂ, ਔਰ ਅਸੀਂ ਸਾਨੂੰ ਸਾਰਿਆਂ ਨੂੰ ਬਹੁਤ ਉਤਸ਼ਾਹ ਸੀਗਾ ਵੋਟਿੰਗ ਕਰਨ ਦਾ, ਪਰ ਸਾਨੂੰ ਇਹ ਨਹੀਂ ਸੀ ਪਤਾ, ਸਾਨੂੰ ਇਹ ਨਹੀਂ ਸੀ ਪਤਾ ਵੀ ਸਰਕਾਰ ਦੀ ਮਿਲੀ ਭੁਗਤ ਕਰਕੇ ਸਾਰੇ ਹੀ ਇਲੈਕਸ਼ਨ ਦਾ ਚਾਰਮ ਹੀ ਖਤਮ ਕਰ ਦਿੱਤਾ ਜਾਊਗਾ। ਇੱਕ ਪਪਟ ਪ੍ਰੈਜ਼ੀਡੈਂਟ ਚੁਣਿਆ ਗਿਆ, ਉਹਨਾਂ ਨੇ ਚੁਣ ਕੇ ਆਪਣਾ ਥੋਪਣਾ ਜਿਹੜਾ ਉਹਨਾਂ ਨੇ ਬਣਾ ਕੇ ਇਹ ਸਾਰਾ ਮੈਨੂਪੁਲੇਸ਼ਨ ਜਿਹੜੀ ਆ ਉਹਦੇ ਲਈ ਹੋਈ ਆ। ਪਹਿਲਾਂ ਤਾਂ ਇਹਨਾਂ ਨੇ ਸਾਰੀਆਂ ਵੋਟਾਂ ਕੈਂਸਲ ਕਰਤੀਆਂ, ਫਿਰ ਇਹਨਾਂ ਨੇ ਰਿਨਿਊਲ ਡੇਟ 3 ਤਰੀਕ ਤੋਂ ਦਿੱਤੀ, ਉਹ ਵੀ ਚੇਂਜ ਕਰਕੇ 15 ਕਰ ਦਿੱਤੀ। ਸਾਰੇ ਬਾਇਲੋਜ਼ ਜਿਹੜੇ ਆ ਉਹ ਪਾਸ ਨਹੀਂ ਹੋਏ। ਅੱਛਾ, ਹੁਣ ਜਿਹੜਾ ਫਿਰ ਇਹਨਾਂ ਨੇ ਮੈਨੀਪੂਲੇਸ਼ਨ ਕੀਤੀ ਉਹਦੇ ਨਾਲ 3 ਤਰੀਕ ਵਾਲੀ ਜਿਹੜੀ ਡੇਟ ਸੀ ਉਹ 15 'ਚ ਕਰ ਦਿੱਤੀ। ਅਸੀਂ ਫਿਰ ਵੀ ਕੁਛ ਨਹੀਂ ਇਹਨਾਂ ਨੂੰ ਬੋਲਿਆ, ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਜਲੰਧਰ ਤੋਂ ਵੋਟਾਂ ਪੈਂਦੀਆਂ ਆ ਜਿਹੜੀਆਂ ਬਣੀਆਂ ਆ ਉਹਨਾਂ ਨੂੰ ਅਲਾਓ ਕਰ ਦਿੱਤਾ ਵੀ ਇਹ ਪੈਣਗੀਆਂ। ਜਿਹੜੇ ਬਾਕੀ ਡਿਸਟ੍ਰਿਕਟ ਆ ਸਾਰੇ ਪੰਜਾਬ ਦੇ, ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਉਹਨਾਂ ਦੀਆਂ ਸਾਰੀਆਂ ਵੋਟਾਂ ਇਹਨਾਂ ਨੇ ਰੋਕ ਦਿੱਤੀਆਂ ਗਈਆਂ। ਇਹ ਕਹਿੰਦੇ ਵੀ ਉੱਥੇ ਦੇ ਪ੍ਰਧਾਨ ਔਥੋਰਾਈਜ਼ ਨਹੀਂ ਹੈਗੇ ਕਾਰਡ ਇਸ਼ੂ ਕਰਨ ਦੇ। ਇਹ ਜ਼ਰੂਰ ਆ ਜਦੋਂ ਮੈਂ
2013 ਦੇ ਵਿੱਚ ਪ੍ਰਧਾਨ ਬਣਿਆ ਉਦੋਂ ਉਹ ਲੈਟਰ ਨਿਕਲੀ ਸੀ 12 ਦੇ ਵਿੱਚ, ਪਰ ਡਿਸਟ੍ਰਿਕਟਸ ਦੇ ਵਿੱਚ ਇਲੈਕਸ਼ਨ ਨਾ ਹੋਣ ਕਰਕੇ ਉਹੀ ਪ੍ਰਧਾਨ ਕੰਟੀਨਿਊ ਕਰਦੇ ਰਹੇ, ਅੱਜ ਤੱਕ ਕੰਟੀਨਿਊ ਕਰ ਰਹੇ ਆ, ਔਰ ਦੇ ਆਰ ਆਥੋਰਾਈਜ਼ ਟੂ ਸਾਈਨ ਦਾ ਚੈੱਕਸ, ਸਾਰਾ ਫੰਡਸ ਉਹ ਯੂਜ਼ ਕਰ ਰਹੇ ਆ, ਪਰ ਜੇ ਉਹ ਫੰਡਸ ਯੂਜ਼ ਕਰ ਰਹੇ ਆ ਤਾਂ ਉਹ ਵੋਟ ਜਿਹੜੇ ਵੋਟ ਨਵੇਂ ਵੋਟਰ ਬਣਦੇ ਆ ਉਹਨਾਂ ਨੂੰ ਕਿਉਂ ਨਹੀਂ ਇਨਰੋਲ ਕਰ ਸਕਦੇ? ਇਹ ਇਹਨਾਂ ਨੇ ਰੂਲ ਬਣਾ ਕੇ ਦੁਬਾਰਾ ਥੋਪ ਦਿੱਤਾ ਗਿਆ। ਗਿੱਲ ਸਾਹਿਬ, ਜ਼ਿਆਦਾਤਰ ਦੇਖਣ 'ਚ ਕੀ ਆਉਂਦਾ ਕਿ ਜਿਹਨੇ ਪਿਛਲੇ ਵੀ ਗੱਲ ਕਰੀਏ ਕਿਰਪਾਲ ਸਿੰਘ ਸੋਕਾ ਬਣੇ ਸੀਗੇ, ਉਹ ਇੱਥੇ ਪਹੁੰਚੇ ਹੀ ਨਹੀਂ, ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ। ਸੇਮ ਚੀਜ਼ ਇਹ ਆ ਜੀ, ਦਿਸ ਲੇਡੀ ਸਾਨੂੰ ਨਹੀਂ ਪਤਾ ਕੌਣ ਆ, 2 ਮਹੀਨੇ ਤੋਂ ਪਹਿਲਾਂ ਇਹ ਮੈਂਬਰ ਬਣੀ ਹੈ ਇੱਥੇ, ਸਾਨੂੰ ਇਹਦੀ ਕੋਈ ਬੈਕਗਰਾਊਂਡ ਦਾ ਨਹੀਂ ਪਤਾ, ਇਹ ਕਿਹਦੇ ਨਾਲ ਅਟੈਚਡ ਹੈਗੀ ਆ, ਕਿਸੇ NRI ਨਾਲ ਹੈਗੀ ਹੈ ਨਹੀਂ। ਤੁਸੀਂ ਦੇਖੋ 2 ਮਹੀਨੇ ਦੇ ਵਿੱਚ ਲੇਡੀ ਪੰਜਾਬ ਦੀ ਇਲੈਕਸ਼ਨ ਲੜਨ ਆਉਂਦੀ ਆ, ਉਹਦਾ ਤੁਸੀਂ ਕੀ ਮਕਸਦ ਕੱਢ ਸਕਦੇ ਹਾਂ, ਜਿਹਨੂੰ ਕੋਈ NRI ਨਹੀਂ ਜਾਣਦਾ, ਔਰ ਉਹਨੇ ਸਾਰੀਆਂ ਵੋਟਾਂ ਜਿਹੜੀਆਂ ਸੀਗੀਆਂ ਉਹ ਖਰੀਦ ਕੇ ਲੈ ਕੇ ਆਈ ਹੈ ਇੱਥੇ, ਔਰ ਇਹਨਾਂ ਨੇ ਉਹਨੂੰ ਆਥੋਰਾਈਜ਼ ਕੀਤਾ ਵੀ ਆਹ ਆਹ ਲਿਸਟ ਦਿੱਤੀ ਵੀ ਆਹ ਬੰਦੇ ਆਥੋਰਾਈਜ਼ ਹੈਗੇ ਆ, ਤੁਸੀਂ ਇਹਨਾਂ ਕੋਲ ਜਾਓ। ਇਹਨਾਂ ਨੇ ਉਹਨਾਂ ਵੋਟਾਂ ਨੂੰ ਪੈਸੇ ਦਿੱਤੇ, ਪੈਸੇ ਦੇ ਕੇ ਇੱਥੇ ਇਹਨਾਂ ਨੇ ਉਹ ਵੋਟਾਂ ਪਵਾ ਦਿੱਤੀਆਂ।